ਸੋ ਗੁੱਡ ਮਾਰਨਿੰਗ ਐਵਰੀਵਨ, ਅਤੇ ਤੁਹਾਨੂੰ ਅੱਜ ਮੈਂ ਵਿਖਾਊਂਗਾ ਕਿ ਕਹਿੰਦੇ ਨਾ ਪੰਜਾਬੀ ਗੰਦ ਪਾਉਂਦੇ ਇੱਥੇ ਕੈਨੇਡਾ 'ਚ, ਅਤੇ ਤੁਹਾਨੂੰ ਮੈਂ ਵਿਖਾਊਂਗਾ ਕਿ ਇੱਥੇ ਹੋਰ ਕੌਣ ਕੌਣ ਗੰਦ ਪਾਉਂਦਾ ਹੈ। ਸੋ ਇਹ ਸਾਡੀ ਹੈਗੀ ਆ ਬੇਸਮੈਂਟ, ਅਤੇ ਆਪਾਂ ਹੁਣ ਜਾਵਾਂਗੇ ਅਪਸਟੇਅਰ। ਉੱਪਰ ਆ ਗਏ ਅਤੇ ਆ ਵੇਖੋ ਗੋਰਿਆਂ ਨੇ ਗੰਦ ਪਾਇਆ ਇੱਥੇ। ਇਹਨਾਂ ਨੂੰ ਕਿਹਾ ਗਿਆ ਕਿ ਤੁਸੀਂ ਘਰ, ਕਹਿੰਦੇ ਕਿ ਅਸੀਂ ਕੇਸ ਫਾਈਲ ਕੀਤੀ ਹੋਈ ਹੈ ਅਤੇ ਅਸੀਂ ਛੱਡਣਾ ਆ, ਅਤੇ ਅਸੀਂ ਜਦੋਂ ਵੀ ਘਰ ਛੱਡ ਕੇ ਜਾਂਦੇ ਹਾਂ ਤਾਂ ਬੇਸਿਕਲੀ ਸਾਨੂੰ ਸਾਰਾ ਸਾਫ਼ ਕਰਨਾ ਪੈਂਦਾ, ਸਭ ਕੁਝ ਸਾਨੂੰ ਕਲੀਅਰ ਕਰਨਾ ਪੈਂਦਾ ਆ, ਅਤੇ ਇਹਨਾਂ ਨੇ ਕੁਝ ਵੀ ਸਾਫ਼ ਸਫਾਈ ਕੋਈ ਕੁਝ ਨਹੀਂ ਕੀਤੀ, ਅਤੇ ਸਾਰਾ ਉੱਦਾਂ ਹੀ ਗੰਦ ਗੁੰਦ ਪਿਆ ਹੋਇਆ ਆ। ਅਤੇ ਇੱਧਰ ਵੀ ਵੇਖ ਲਓ ਕੀ ਹਾਲ ਕੀਤਾ ਹੋਇਆ ਇਹਨਾਂ ਨੇ, ਸਾਰਾ ਸਮਾਨ ਚੱਕ ਕੇ ਲੈ ਗਏ ਆ, ਅਤੇ ਦੱਸ ਇਹ ਵੀ ਚੱਕ ਕੇ ਲੈ ਜਾਓ ਤੁਸੀਂ, ਸਭ ਕੁਝ ਖਿਲਰਿਆ ਪਿਆ। ਅਤੇ ਕੁਝ ਇੱਧਰ ਵੀ ਹੈਗਾ ਆ, ਅਤੇ ਆ ਜਾ ਖਲਾਰਾ ਸਾਰਾ ਹੀ, ਪੂਰਾ ਖਲਾਰਾ ਗੰਦ ਪਾ ਕੇ ਰੱਖਿਆ, ਪੂਰਾ ਠੋਕ ਕੇ ਗੰਦ ਪਾਇਆ ਇਹਨਾਂ ਨੇ, ਨਾ ਕੁਝ ਸਾਫ਼ ਕੀਤਾ ਨਾ ਕੁਝ। ਅਤੇ ਉਹ ਮੇਰਾ ਦੋਸਤ ਆ ਸਰਦਾਰ, ਅਤੇ ਇਹਨਾਂ ਨੇ ਪੂਰਾ ਗੰਦ ਪਾ ਕੇ ਰੱਖਿਆ। Every week, and what we do is we can put an order on them so that the guy, he works in a factory, right? 20% of each of his paycheck goes to us until... You want something here? Something here? I want a toy. What? Dinosaur? Yeah. Okay. ਆਹ ਮਾੜੇ ਮੋਟੇ ਗੰਦ 'ਚ ਚਾਰਜਰ ਜਿਹਾ ਯੂ ਐਸ ਬੀ ਲੱਭ ਗਈ ਹੈ, ਇਹ ਚੱਲ ਆਪਣੇ ਕੰਮ ਆਜੂਗੀ, ਪਰ ਫਰਿੱਜ ਦੇ ਅੰਦਰ ਵੇਖੋ ਗੰਦ ਹੀ ਗੰਦ, ਠੋਕ ਕੇ ਗੰਦ ਪਿਆ ਹੈ। ਸਾਫ਼ ਤੁਹਾਡਾ ਪਿਓ ਕਰੂਗਾ, ਕੁਝ ਸਾਫ਼ ਨਹੀਂ ਹੈ। ਸੋ ਕਹਿਣ ਨੂੰ ਇਹ ਹੈ ਕਿ ਪੰਜਾਬੀ ਗੰਦ ਪਾਉਂਦੇ ਆ, ਪਰ ਸਾਰਾ ਗੋਰਿਆਂ ਦੇ ਗੰਦ ਆ। ਇਹਨਾਂ ਨੇ ਸਾਨੂੰ ਕਿਹਾ ਕਿ ਅਸੀਂ ਸਪਰੇ ਤਾਂ ਨਹੀਂ ਕਰ ਸਕਦੇ ਕਿਉਂਕਿ ਉਹ ਸਾਨੂੰ ਝੂਠ ਬਣਾਉਂਦੇ, ਇੱਦਾਂ ਹੁੰਦਾ, ਹੁਣ ਮੈਨੂੰ ਨਹੀਂ ਪਤਾ ਪਤਾ ਗੱਲ ਕੀ ਹੈ, ਪਰ ਜਿੰਨਾ ਵੀ ਗੰਦ ਪਾਇਆ ਜੇ ਤੁਸੀਂ ਇੱਥੇ ਰਹਿਣ ਦਿਓ ਤੁਸੀਂ ਛੱਡ ਕੇ ਜਾਣਾ, ਪਰ ਤੁਸੀਂ ਸਾਫ਼ ਸਫਾਈ ਦੇ ਕਰਕੇ ਜਾਓ। ਕੀ ਹੈ ਯਾਰ, ਤੁਸੀਂ ਸਾਫ਼ ਸਫਾਈ ਕਰਕੇ ਜਾਓ, ਤੁਹਾਨੂੰ ਰਹਿਣ ਜਗ੍ਹਾ ਦੇ ਦਿੰਦੇ, ਤੁਸੀਂ ਗੰਦ ਸੋਈ ਨਾ ਪਾਉਣਾ ਇੱਥੇ, ਅਤੇ ਕੋਈ ਵੀ ਵੇਖਣ ਦਿਆ ਆ ਅਤੇ ਪਲੀਜ਼ ਯਾਰ ਇੱਦਾਂ ਦੀ ਕੋਈ ਹਰਕਤ ਨਾ ਕਰਕੇ ਜਾਓ, ਭਾਵੇਂ ਗੋਰਾ ਹੈ ਭਾਵੇਂ ਪੰਜਾਬੀ ਕੋਈ ਵੀ ਆ, ਪਰ ਇੱਦਾਂ ਦੀ ਹਰਕਤ ਨਾ ਕਰੋ ਯਾਰ।